ਕੀ ਨਾਮ ਤੁਹਾਡਾ? ਦੀਪਾ। ਕਿਹੜਾ ਪਿੰਡ ਹੈ? ਮੁਕੰਦਪੁਰ। ਇਹ ਜਿਹਨਾਂ ਦੀ ਚੋਰੀ ਹੋਈ ਆ ਇਹ ਤੁਹਾਡੀ ਦੁਕਾਨ ਆ? ਹਾਂਜੀ ਹਾਂਜੀ। ਕੀ ਲੱਗਦੇ ਤੁਹਾਡੇ ਕੋਲ? ਇਹ ਸਾਡੇ ਘਰ ਵਾਲੇ ਲੱਗਦੇ ਆ। ਕੀ ਮਾਮਲਾ ਹੋਇਆ, ਇਹ ਕੀ ਚੱਕਰ ਪਿਆ? ਪਤਾ ਨਹੀਂ, ਅਸੀਂ ਤਾਂ ਭਾਜੀ ਰਾਤੀ ਆਏ ਸੀ, ਇਹ ਸੌ ਗਏ ਸੀ, ਸਾਨੂੰ ਨਹੀਂ ਪਤਾ ਰਾਤੀ ਹੋਈ ਆ। ਅਸੀਂ ਤਾਂ ਗਰੀਬ ਬੰਦੇ, ਪਤਾ ਨਹੀਂ ਕਿੱਦਾਂ ਕਰਕੇ ਆਪਾਂ ਦੁਕਾਨ ਖੋਲ੍ਹੀ, ਸਾਡੇ ਤਾਂ ਨਿੱਕੇ ਨਿੱਕੇ ਬੱਚੇ ਆ, ਕਿੱਦਾਂ ਉਹਨਾਂ ਨੂੰ ਪਾਲਿਆ ਕਿੱਦਾਂ। ਮੈਂ ਕਿਹਾ ਚੱਲ ਹੌਲੀ ਹੌਲੀ ਦੁਕਾਨ ਖੋਲ੍ਹ ਲਵਾਂਗੇ, ਚੱਲ ਮਾੜਾ ਮੋਟਾ ਕੁਝ ਹੋ ਜਾਏਗਾ। ਮੈਂ ਘਰ 'ਚ ਵੀ ਪੈਸੇ ਲੈਂਦੀ ਸੀ, ਨਾ ਤਾਂ ਮੈਂ ਕਿਹਾ ਥੋੜ੍ਹਾ ਥੋੜ੍ਹਾ ਸਮਾਨ ਪਾ ਦੇਵਾਂਗੇ ਦੁਕਾਨ 'ਚ, ਇਸ ਕਰਕੇ ਮੈਂਆਪ ਹੀ ਚਲਾਉਂਦੀ ਸੀ ਖਰਚਾ, ਦਿਹਾੜੀ ਕਰ ਕਰਕੇ ਕਰਕਾ। ਮੈਂ ਕਿਹਾ ਦੁਕਾਨ ਬਣ ਜਾਗੀ ਵਧੀਆ ਹੀ ਆ ਫਿਰ। ਤੁਸੀਂ ਦਿਹਾੜੀ ਕਰਦੇ ਹੋ? ਹਾਂਜੀ ਹਾਂਜੀ, ਮੈਂ ਦਿਹਾੜੀ ਕਰ ਕਰਕੇ ਆਪਣੇ ਬੰਦੇ ਨੂੰ ਦਿੰਦੀ ਰਹੀ। ਮੇਰਾ ਬੰਦਾ ਵੀ ਕਮਾਉਂਦਾ ਸੀ, ਇੱਦਾਂ ਹੋਏ ਸੀ ਤਾਂ ਗਰੇ ਬੰਦੇ, ਸਾਡੇ ਤਿੰਨ ਨਿਆਣੇ ਨਿੱਕੇ ਨਿੱਕੇ ਆ ਵਿਚਾਰੇ ਹਲੇ, ਉਹਨਾਂ ਨੂੰ ਕਿੱਦਾਂ ਪਾਲਾਂਗੇ ਅਸੀਂ, ਇਹਦਾ ਤਾਂ ਸਾਰਾ ਸੀ ਸਾਨੂੰ ਦੌੜ। ਅਸੀਂ ਤਾਂ ਆਪ ਦਿਹਾੜੀ ਕਰਦੇ ਸੀ। ਸਾਡੇ ਕਰਦੇ ਹੋ ਹੁਣ ਤੁਸੀਂ? ਹਾਂ, ਅਸੀਂ ਝਾੜੂ ਪੋਚਾ ਕਰਦੀ ਆ। ਅੱਛਾ, ਤੁਸੀਂ ਕੰਮ ਝਾੜੂ ਪੋਚਾ ਕਰਦੇ? ਹਾਂਜੀ ਹਾਂਜੀ। ਹਾਏ ਹਾਏ, ਅਸੀਂ ਤਾਂ, ਸਾਡੇ ਤਾਂ ਬਹੁਤ ਔਖੀ ਹੋ ਕੇ ਦੁਕਾਨ ਖੋਲ੍ਹੀ ਸੀ ਅਸੀਂ ਤਾਂ ਅੰਕਲ ਜੀ। ਛੋਟੇ ਵੀਰ, ਕੀ ਨਾਮ ਤੁਹਾਡਾ? ਦਵਿੰਦਰ ਜੀ। ਕਿਹੜਾ ਪਿੰਡ ਤੁਹਾਡਾ? ਮੁਕੰਦਪੁਰ ਜੀ। ਇੱਥੇ ਕੀ ਕੰਮ ਕਰਦੇ ਹੋ ਤੁਸੀਂ? ਐਗਰੀਕਲਚਰ ਦਾ ਜੀ, ਵੈਲਡਿੰਗ ਦਾ। ਇਹ ਆਹ ਦੁਕਾਨ ਤੁਹਾਡੀ ਆ ਜੀ? ਇਹ ਕਿਹੜਾ ਰੋਡ ਪੈ ਜਾਂਦਾ? ਇਹ ਚੱਕਦਾਨਾ ਜੀ। ਇੱਧਰ ਕਿਹੜਾ ਜੀ? ਮੁਕੰਦਪੁਰ ਜੀ। ਚੱਕਦਾਨਾ ਤੋਂ ਮੁਕੰਦਪੁਰ ਜਿਹੜਾ ਜਾਣ ਵਾਲਾ ਰੋਡ ਆ ਉਹਦੇ ਸੈਂਟਰ? ਸੈਂਟਰ 'ਚ ਜੀ। ਇਹ ਕੀ ਗੱਲ ਹੋਈ ਆ ਅਸਲ 'ਚ? ਅਸਲ 'ਚ ਜੀ, ਕੱਲ੍ਹ ਮੈਂ 6:30 ਵਜੇ ਮੈਨੂੰ ਕੰਮ ਸੀਗਾ ਮੁਕੰਦਪੁਰ। ਅੱਛਾ। ਮੈਂ 6:30 ਵਜੇ ਜਿੱਦਾਂ ਚਲ ਗਿਆ ਜੀ, ਸ਼ਾਮ ਨੂੰ ਜੀ, ਜਿੰਦੇ ਜਿੰਦੇ ਲਾ ਕੇ ਲਾਈਟ ਜਗਾ ਕੇ ਬਾਹਰ ਲਈ। ਅੱਛਾ। ਮਗਰ ਚਲੋ, ਮੈਂ ਕਿਹਾ ਬਾਪੂ ਉਹਨਾਂ ਨੇ ਆਉਣਾ ਆ, ਇੱਕ ਵਾਰੀ ਗੇੜਾ ਮਾਰ ਜਾਓਗੇ, ਨਹੀਂ ਤਾਂ 7:15 ਵਜੇ ਜਾਈਦਾ ਜੀ, ਅਸੀਂ 2 ਜਣੇ ਜਾਂਦੇ ਹੁੰਦੇ ਹਾਂ। ਅੱਛਾ ਜੀ। ਅਤੇ ਫਿਰ ਤੁਹਾਨੂੰ ਸਵੇਰੇ ਜੀ ਮੈਨੂੰ ਫੋਨ ਆਇਆ ਜੀ ਕਿ ਵੀ ਇੱਦਾਂ ਇੱਦਾਂ ਸ਼ਟਰ ਤੁਹਾਡਾ ਖੁੱਲ੍ਹਾ ਆ। ਮੈਂ ਕਿਹਾ ਜੀ ਨਹੀਂ, ਵੀ ਮੈਂ ਤਾਂ ਦੁਕਾਨ 'ਤੇ ਇੱਥੇ ਹੈ ਨਹੀਂ ਗਾ ਜੀ। ਕਹਿੰਦੇ ਮੈਂ ਤਾਂ ਘਰ, ਕਹਿੰਦਾ ਵੀ ਆ ਕੇ ਦੇਖ ਲਾ ਤੇਰਾ ਸੈਟਰ ਖੁੱਲ੍ਹਾ ਆ। ਦੇਖਿਆ ਜੀ ਆ ਕੇ ਇੱਥੇ ਸਮਾਨ, ਮੈਨੂੰ ਮੱਖਣ ਨੇ ਦੱਸਿਆ ਜੀ ਇੱਥੇ ਕੀ ਕਰਨ ਆਇਆ ਸੀ, ਉਹ ਪਾਣੀ ਚੈੱਕ ਕਰਨ ਆਇਆ ਸੀ ਖੇਤਾਂ ਦੇ, ਨੱਕੇ ਦੇਖਣ ਆਇਆ ਸੀਗਾ ਜੀ। ਫਿਰ ਜਦ ਤੁਸੀਂ ਆ ਕੇ ਦੇਖਿਆ ਫਿਰ ਕੀ? ਫਿਰ ਜੀ ਇਹਦੇ ਵਿੱਚ ਕੁਛ ਵੀ ਨਹੀਂ, ਦੁਕਾਨ ਵਿਹਲੀ ਸੀ ਬਿਲਕੁਲ, ਸਮਾਨ ਸਾਰਾ ਹੀ ਯਾਨੀ ਹੈ ਨਹੀਂ ਜੀ ਇਹਦੇ ਵਿੱਚ। ਕਿੰਨੇ ਮਹੀਨੇ ਪਹਿਲਾਂ ਖੋਲ੍ਹੀ ਸੀ? ਮੈਂ 4 ਮਹੀਨੇ ਪਹਿਲਾਂ ਖੋਲ੍ਹੀ ਜੀ, ਪੈਸੇ ਉਧਾਰ ਚੁੱਕੇ ਆ, ਕਰਜ਼ਾ ਵੀ ਲਿਆ ਨਹੀਂ ਜੇ, ਮਾੜਾ ਮੋਟਾ ਕੰਮ ਤੁਰਿਆ, ਹੁਣ ਆਹ ਕਾਂਡ ਹੋ ਗਿਆ ਜੀ। ਇਹ ਕਿੰਨੇ ਕੁ ਦਾ ਤੁਹਾਡਾ ਨੁਕਸਾਨ ਹੋਇਆ? ਇਹ 2.5 ਲੱਖ ਦਾ ਜੀ ਸਰ। ਕੁਛ ਹੈ ਛੱਡਿਆ ਵਿੱਚ ਚੋਰਾਂ ਨੇ? ਨਹੀਂ, ਕੁੱਖ ਨਹੀਂ ਛੱਡਿਆ ਜੀ, ਇੱਕ ਸਿਰਫ ਬਰਮਾ ਬਚਿਆ ਆ, ਉਹ ਵੀ ਕੱਢਿਆ, ਉਹ ਵੀ ਹਿੱਲਿਆ ਆ। ਤੇ ਚੋਰੀ ਕਰਨ ਲਈ ਆ ਜਿਹੜੀਆਂ ਤੁਸੀਂ ਲਾਈਟ ਲਾ ਕੇ ਗੈਸ ਜਿੱਦਾਂ ਬਲਬ ਦੇਖ ਰਹੇ ਸਾਨੂੰ? ਹਾਂਜੀ। ਸ਼ਟਰ ਕੀ ਕੀਤਾ ਉਹਨੇ? ਆ ਤਾਰ ਕੱਟੀ ਹੋਈ ਮੀਟਰ ਨਾਲੋਂ। ਅੱਛਾ। ਉਹ ਮੀਟਰ ਤੋਂ ਤਾਰ ਕੱਟੀ ਹੈ ਜੀ, ਪਹਿਲਾਂ ਤਾਰ ਕੱਟੀ ਗਈ। ਹਾਂਜੀ। ਤੇ ਬਾਅਦ ਵਿੱਚ ਫਿਰ ਬਲਬ ਬੰਦ ਕਰਕੇ? ਬਲਬ ਬੰਦ ਕਰਕੇ ਜੀ। ਹਾਂਜੀ। ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੁਝ ਦੱਸਿਆ? ਜੀ ਦੱਸਿਆ। ਆਈ ਹੈ ਪੁਲਿਸ? ਹਾਂਜੀ ਆਏ ਸੀ। ਕੀ ਕਹਿੰਦੇ? ਉਹ ਦੇਖ ਕੇ ਚੱਲ ਗਏ, ਕਹਿੰਦੇ ਵੀ ਦੇਖਦੇ ਆ, ਲੱਭਦੇ ਆ। ਕਿਹੜੀ ਪੁਲਿਸ ਨੂੰ ਕਿਹਦੇ ਦੱਸਿਆ? ਮੁਕੰਦਪੁਰ ਜੀ। ਕੀ ਮੰਗ ਕਰਦੇ ਹੋ? ਮੰਗ ਕੀ ਕਰਦੇ ਹੋ? ਮੰਗ ਤਾਂ ਜੀ ਇਹੀ ਆ, ਮੇਰਾ ਜੋ ਸਮਾਨ ਆ ਬਈ, ਜਿੱਦਾਂ ਜਿੱਦਾਂ ਮੈਂ ਲਾਇਆ, ਮੈਨੂੰ ਪਤਾ 100-100 ਕਰਕੇ ਮੈਂ ਪੈਸੇ ਇਕੱਠੇ ਕੀਤੇ ਆ ਜੀ, ਇਹੀ ਹੈ ਬਸ। ਇਹ ਕਰਵਾਓ। ਸੁਖਵਿੰਦਰ ਸਿੰਘ ਜੀ। ਕਿਹੜਾ ਪਿੰਡ ਜੀ? ਮੌਲਮ ਯਾਰਾ ਜੀ। ਅੱਛਾ ਭਾਜੀ, ਇਹ ਜਿਹੜੀ ਚੋਰੀ ਹੋਈ ਆ ਇਹ ਤੁਹਾਡੇ ਕੋਲ ਦੱਸਦੇ ਆ ਕਿ ਇਹਨਾਂ ਦੇ ਡੈਡੀ ਕੰਮ ਕਰਦੇ ਆ? ਹਾਂਜੀ ਹਾਂਜੀ, ਮੁਨਚੀ ਦਾ, ਮੁਨਚੀ ਦਾ ਕੰਮ ਕਰਦਾ ਜੀ। ਇਹ ਕੌਣ ਜਿਹੜੇ? ਇਹਦਾ ਡੈਡੀ ਜੋਗੀ ਰਾਮ, ਜੋਗਿੰਦਰ ਰਾਮ, ਇਹ ਜਿਹੜੇ ਖੜੇ ਆ? ਹਾਂਜੀ। ਇਹ ਤੁਹਾਡੇ ਕੋਲ ਕੰਮ ਕਰਦੇ ਆ? ਹਾਂਜੀ। ਤੇ ਕਿੱਦਾਂ ਕਿੱਦਾਂ ਦੀ ਦੁਕਾਨ ਖੋਲੀ, ਕੀ ਮਾਮਲਾ ਹੈ? ਦੁਕਾਨ ਇਹ ਮੁੰਡਾ ਪਹਿਲਾਂ ਹੋਰ ਕਿਤੇ ਕਰਦਾ ਸੀਗਾ, ਇਹਨੂੰ ਫਿਰ ਮੈਂ ਕਿਹਾ ਦੁਕਾਨ ਕਰਾ ਦੇ। ਹਾਂ, ਤਨਖਾਹ 'ਤੇ ਕਰਦਾ ਸੀ ਪਹਿਲਾਂ ਜਾਗਤਪੁਰ, ਅਤੇ ਫਿਰ 4 ਮਹੀਨੇ ਹੋ ਗਏ ਇਹਨੂੰ ਪੈਸੇ ਪੂਸੇ ਇਕੱਠੇ ਕੁੱਠੇ ਕਰਕੇ ਦੇ ਕੇ,
ਇਹਨੂੰ ਫਿਰ ਦੁਕਾਨ ਕਰਵਾ ਦਿੱਤੀ। ਅਤੇ ਹੁਣ ਜਿਹੜਾ ਸਮਾਨ ਸਮੂਨ ਸਾਰਾ ਹੀ ਲੈਗਾ। ਸਵੇਰੇ ਸਾਡੇ ਲਾਗੇ ਇੱਕ ਖੇਤਾਂ ਨੂੰ ਪਾਣੀ ਦੇਖਣ ਆਉਂਦਾ, ਉਹਨੇ ਇਹਨੂੰ ਫੋਨ ਕਰਕੇ ਡੈਡੀ ਨੂੰ ਦੱਸਿਆ ਬਈ ਤੁਹਾਡਾ ਸ਼ਟਰ ਖੁੱਲ੍ਹਾ। ਅਤੇ ਉਹ ਤੋਂ ਬਾਅਦ ਫਿਰ ਅਤੇ ਆ ਕੇ ਨਹੀਂ ਦੇਖਿਆ ਸਮਾਨ ਸਮੂਨ ਹੈ ਨਹੀਂ। ਕੀ ਮੰਗ ਕਰਦੇ? ਸਮਾਨ ਇਹਨਾਂ ਦਾ ਮਿਲਣਾ, ਜਿਹੜੇ ਗਰੀਬ ਬੰਦੇ ਆ ਹਜੇ ਤਾਂ ਜਿਹੜੇ ਲੱਗੇ ਆ ਉਹ ਵੀ ਨਹੀਂ ਇਹਨਾਂ ਤੋਂ ਮੁੜੇ। ਉਧਾਰ ਬਾਕੀ ਆ? ਉਧਾਰ ਬਾਕੀ ਆ। ਹਾਂਜੀ ਹਾਂਜੀ, ਜਿੱਦਾਂ 50,000 ਰੁਪਇਆ ਮੈਂ ਦਿੱਤਾ ਡੈਡੀ ਨੂੰ, ਚਲੋ ਮੁੰਡੇ ਦੁਕਾਨ ਪਾ ਦੇ, 50 ਕੇ ਡੈਡੀ ਨੇ ਪਾਇਆ, ਬਾਕੀ ਕੁਛ ਹੋਇਆ ਇੱਧਰੋਂ ਉੱਧਰੋਂ ਮੁੰਡੇ ਨੇ ਕੰਮ ਦੇ ਸਕੇ ਕਰ ਕਰ ਕੇ ਵਿਚਾਰਾ ਰੁਜ਼ਗਾਰ ਤੋਰਦਾ ਸੀ, ਆਪਣਾ ਕੰਮ ਚੱਲਿਆ ਸੀਗਾ ਹੁਣ, ਅਤੇ ਉਹਦੇ ਕਰਕੇ ਬਸ ਗੜਬੜ ਹੋ ਗਈ। ਹੁਣ ਇਹਨਾਂ ਦੀ ਬਸ ਇਹੀ ਆ, ਇਹਨਾਂ ਵਿਚਾਰੇ ਗਰੀਬ ਬੰਦੇ ਨੂੰ ਸਮਾਨ ਮਿਲ ਜਾਏ। ਬਹੁਤ ਬਹੁਤ